ਅੱਜ ਬਹੁਤ ਅਫਸੋਸ ਨਾਲ ਕਹਿਣ ਲੱਗਾ ਕਿ ਜਿਹੜਾ ਲੁਧਿਆਣਾ ਸ਼ਹਿਰ ਜਦੋਂ ਵੀ ਮੈਂ ਦੁਨੀਆ ਦੇ ਕਿਸੇ ਕੋਨੇ ਵਿੱਚ ਗਿਆ ਤਾਂ ਲੁਧਿਆਣਾ ਸ਼ਹਿਰ ਦਾ ਨਾਂ ਤਰੂ ਤਾਰੇ ਵਾਂਗੂ ਚਮਕਦਾ ਕਿਉਂਕਿ ਇੰਡਸਟਰੀਅਲ ਹੱਬ ਵਜੋਂ ਜਾਣਿਆ ਜਾਂਦਾ ਹੈ। ਪਰ ਹੁਣ ਬਦਕਿਸਮਤੀ ਆ ਮੇਰੀ ਵੀ, ਮੇਰੇ ਸ਼ਹਿਰ ਵਾਸੀਆਂ ਦੀ ਵੀ, ਮੇਰੇ ਸ਼ਹਿਰ ਦੀ ਵੀ, ਇਹ ਬਦਕਿਸਮਤੀ ਆ ਕਿ ਲੁਧਿਆਣਾ ਕਰੋਨਾ ਟੌਪਰ ਦੀ ਗਿਣਤੀ ਵਿੱਚ ਸਭ ਤੋਂ ਉਤਲੇ ਨੰਬਰ 'ਤੇ ਬੋਲਿਆ ਜਾਂਦਾ ਹੈ। ਔਰ ਇਹ ਹੋਰ ਬਦਕਿਸਮਤੀ ਹੈ ਕਿ ਸਿਵਲ ਹਸਪਤਾਲ ਕੋਲ ਇੱਕ ਵੀ ਵੈਂਟੀਲੇਟਰ ਨਹੀਂ। ਅਸੀਂ ਜਿਹੜੇ ਇੱਥੋਂ ਪੇਸ਼ੈਂਟ ਖੱਜਲ ਖਰਾਬ ਹੋ ਕੇ, ਕੋਈ ਪਟਿਆਲੇ ਜਾਂਦਾ, ਕੋਈ ਕਿਸੇ ਹੋਰ ਸ਼ਹਿਰ ਨੂੰ ਜਾਂਦਾ, ਅਸੀਂ ਇਹ ਸੋਚ ਕੇ ਕਿ ਵਿਰੋਧੀ ਧਿਰ ਦਾ ਕੰਮ ਹੁੰਦਾ ਸਰਕਾਰ ਦਾ ਧਿਆਨ ਉਸ ਪਾਸੇ ਵੱਲ ਨੂੰ ਲੈ ਕੇ ਜਾਣਾ। ਕੱਲ੍ਹ ਸਾਡੇ ਸਨੀ ਕੈਂਥ ਜੀ ਦੀ ਅਗਵਾਈ 'ਚ ਕੁਝ ਬੰਦਿਆਂ ਨੇ ਬਕਾਇਦਾ ਮਾਸਕ ਪਾ ਕੇ ਭਾਰਤ ਨਗਰ ਚੌਂਕ ਵਿੱਚ ਮੰਗ ਅਤੇ ਭੀਖ ਮੰਗ ਕੇ ਕੁਝ ਪੈਸੇ ਇਕੱਠੇ ਕੀਤੇ ਔਰ ਇਹ ਗੱਲ ਪ੍ਰਸ਼ਾਸਨ ਨੂੰ ਦੱਸ ਕੇ ਕੀਤੀ ਕਿ ਅਸੀਂ ਇਹ ਪੈਸੇ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੂੰ ਦੇਣੇ ਆ। ਉਹ ਹੈ ਕਿ ਇੱਕ ਸਿੰਬੋਲਿਕ ਹੁੰਦੇ ਆ। ਬਿੱਟੂ ਨੂੰ ਕਿਉਂ ਦੇਣੇ? ਕਿਉਂਕਿ ਉਹਦੇ ਕੋਲ ਇੱਕ ਅਖਤਿਆਰੀ ਫੰਡ ਹੁੰਦਾ ਜਿਹਦੇ ਵਿੱਚੋਂ ਉਹ ਸਿਵਲ ਹਸਪਤਾਲ ਵਿੱਚ ਇੱਕ ਨਹੀਂ ਚਾਰ ਮਸ਼ੀਨਾਂ ਵੀ ਲਵਾ ਸਕਦਾ। ਔਰ ਸਾਡੀ ਮੰਗ ਕੀ ਸੀ? ਪਾਰਟੀ ਦੀ ਮੰਗ ਸੀ ਕਿ ਸਿਵਲ ਹਸਪਤਾਲ ਲੁਧਿਆਣੇ ਵਿੱਚ ਵੈਂਟੀਲੇਟਰ ਇੰਸਟਾਲ ਕਰਾਏ ਜਾਣ ਤਾਂ ਕਿ ਸ਼ਹਿਰ ਵਾਸੀ ਜਿਹੜੇ ਕਰੋਨਾ ਪੀੜਤ ਆ ਉਹਨਾਂ ਦੇ ਦੁੱਖ ਦਰਦ 'ਤੇ ਮੱਲਮ ਲਾਈ ਜਾ ਸਕੇ। ਔਰ ਹੋਰ ਵੱਡੀ ਬਦਕਿਸਮਤੀ ਹੈ ਕਿ ਜਦੋਂ ਭੀਖ ਮੰਗ ਕੇ ਇਕੱਠੀ ਕੀਤੀ ਤਾਂ ਇੰਟੈਲੀਜੈਂਸੀ ਦੇ, ਪੁਲਿਸ ਦੇ ਫੋਨ ਆਏ ਔਰ ਫੋਨ 'ਤੇ ਕੀ ਪੁੱਛਿਆ? ਛੋਟੇ ਵੀਰ ਨੂੰ ਪੁੱਛਦੇ ਆ ਕਿ ਤੁਸੀਂ ਕਿੰਨੇ ਕੁ ਵਜੇ ਆਉਣਾ? ਸਾਰੇ ਟਾਈਮ ਦੀ ਸੈਟਿੰਗ ਹੋ ਗਈ ਇੰਟੈਲੀਜੈਂਸੀ ਨਾਲ। ਜਦੋਂ ਫੋਨ ਆਉਂਦੇ ਦੱਸਿਆ ਕਿ ਅਸੀਂ ਚੱਲਣ ਲੱਗੇ ਹਾਂ, ਔਰ ਪੁਲਿਸ ਦਾ ਫੋਨ ਆਇਆ ਦੱਸਿਆ ਅਸੀਂ ਚੱਲਣ ਲੱਗੇ ਹਾਂ, ਕਹਿੰਦੇ ਆ ਜਾਓ ਅਸੀਂ ਤੁਹਾਡਾ ਮੈਮੋਰੈਂਡਮ ਦਵਾ ਦਈਏ। ਜਦੋਂ ਇਹ ਪੰਜ ਬੰਦੇ ਗਏ ਤਾਂ ਇਹ ਕਹਿਣ ਲੱਗਿਆ, ਸ਼ਰਮ ਆਉਂਦੀ ਹੈ ਇੱਥੇ ਮੇਰੇ ਕੋਲ ਵੀ ਲੋਕ ਮੰਗ ਪੱਤਰ ਲੈ ਕੇ ਆਉਂਦੇ ਆ, ਮੈਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ, ਡੈਫੀਨੇਟਲੀ ਮੇਰੇ ਕੋਲ ਵੀ ਆਉਣਗੇ। ਅਤੇ ਮੈਂ ਉਹਨਾਂ ਨੂੰ ਸਤਿਕਾਰ ਨਾਲ ਹੱਥ ਜੋੜ ਕੇ ਕਹਿੰਦਾ ਕਿ ਆ ਜਾਓ ਮੇਰੇ ਵੀਰ, ਬੋਲੋ। ਪਹਿਲਾਂ ਬਿਠਾ ਕੇ ਜਲ ਛਕਾਉਣਾ, ਚਾਹ ਪਿਲਾਉਣਾ, ਫਿਰ ਪੁੱਛਦਾ ਕਿ ਜੇ ਕੋਈ ਲਿਖਤੀ ਹੈਗਾ ਤਾਂ ਲਿਖਤੀ ਦੇ ਦਿਓ, ਜੇ ਲਿਖਤੀ ਨਹੀਂ ਤਾਂ ਓਰਲੀ ਮੂੰਹ ਜ਼ਬਾਨੀ ਕੁਛ ਕਹਿਣਾ ਚਾਹੁੰਦੇ ਹੋ ਜੋ ਤੁਹਾਡੀ ਮੰਗ ਆ ਤੁਸੀਂ ਕਹਿ ਸਕਦੇ ਹੋ। ਪਰ ਉੱਥੇ ਕੀ ਹੋਇਆ? ਉੱਥੇ ਤੁਹਾਡੇ ਸਾਰਿਆਂ ਦੀ ਹਾਜ਼ਰੀ 'ਚ, ਮੀਡੀਆ ਦੀ ਹਾਜ਼ਰੀ 'ਚ ਪੁਲਿਸ ਜਿਹਨੇ ਕਿਹਾ ਆ ਜਾਓ ਤੁਹਾਡਾ ਮੈਮੋਰੈਂਡਮ ਦਵਾ ਦਈਏ, ਉਹ ਮੂਕ ਦਰਸ਼ਕ ਬਣ ਗਈ। ਔਰ ਮੂਕ ਦਰਸ਼ਕ ਬਣ ਕੇ ਉੱਥੇ ਸਾਡੇ ਕੋਲ ਐਸੇ ਐਸੇ ਫੋਟੋਗ੍ਰਾਫ ਹੈ ਜਿਨ੍ਹਾਂ ਫੋਟੋਗ੍ਰਾਫ ਦੇ ਵਿੱਚ ਸਨੀ ਕੈਂਥ ਆਪਣੀ ਦਸਤਾਰ ਬਚਾ ਰਿਹਾ। ਇੱਕ ਤਾਂ ਹੁੰਦਾ ਨਾ ਲੜਾਈ ਚਾਚਨ ਚੇਤ ਲੈ ਗਈ, ਇਹ ਆਪਣੀ ਦਸਤਾਰ ਨੂੰ ਬਚਾ ਰਿਹਾ ਅਤੇ ਜਿਹੜੇ ਲਾਉਣ ਵਾਲੇ ਸੱਜਣ ਹੈ ਉਹ ਸਿਰਫ ਅਤੇ ਸਿਰਫ ਟਾਰਗੇਟ ਕੀ ਆ ਕਿ ਪੱਗ ਲਾਉਣੀ ਹੈ। ਬਦਕਿਸਮਤੀ ਮੈਂ ਸਮਝਦਾ ਕਿ ਮੇਰੇ ਸ਼ਹਿਰ ਦੀ, ਲੋਕਤੰਤਰ ਦਾ ਕਤਲ ਹੋਇਆ। ਔਰ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਕੰਪਲੇਂਟ ਦਿੱਤੀ ਔਰ ਕੰਪਲੇਂਟ ਦਿੱਤੀ ਤਕਰੀਬਨ 4 ਵਜੇ ਅਤੇ ਜਾ ਕੇ FIR ਕ੍ਰੋਸ ਕੀਤੀ। ਪਹਿਲਾਂ ਉਹਨਾਂ ਦਾ ਬਿਆਨ ਕਿੰਨੇ ਵਜੇ ਲਿਖਿਆ ਇਹ ਦੇਖਿਓ, ਰਾਤ ਨੂੰ 9 ਵਜੇ, ਅਤੇ ਸਾਡੇ ਵਾਲਾ ਕ੍ਰੋਸ ਕਿੱਥੇ ਜਾ ਕੇ ਕੀਤਾ? ਰਾਤ ਨੂੰ 10 ਵਜੇ। ਮੈਂ ਪੁਲਿਸ ਨੂੰ ਬੇਨਤੀ ਕਰਨਾ ਚਾਹੁੰਦਾ ਕਮਿਸ਼ਨਰ ਸਾਹਿਬ ਨੂੰ ਕਿ ਕਮਿਸ਼ਨਰ ਸਾਹਿਬ, ਇਹ ਸਿਸਟਮ ਕਦਾਚਿਤ ਪਰਵਾਹ ਨਹੀਂ। ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਰਾਜਨੀਤਿਕ ਲੋਕ ਜਿਹੜੇ ਵਿਰੋਧੀ ਧਿਰ ਹੁੰਦੀ ਆ, ਲੋਕਾਂ ਨੂੰ ਇਨਸਾਫ ਲੈ ਕੇ ਦੇਣ ਲਈ ਹੁੰਦੀ ਹੈ। ਇਹਦੇ 'ਚ ਬਿਆਨ 'ਚ ਕੁਛ ਹੋਰ ਲਿਖਿਆ, ਜਿਹੜੇ ਤਾਂ ਬੰਦੇ ਸੀ ਪੰਜ ਉਹਨਾਂ 'ਤੇ 188 ਲਾਤੀ ਵੀ, ਇਹਨਾਂ ਦੇ ਮਾਸਕ ਨਹੀਂ ਸੀ ਪਾਇਆ ਹੋਇਆ। ਜਿਹੜੇ ਬੰਦੇ ਸੀ 300 ਉਹਨਾਂ 'ਤੇ ਕੇਵਲ ਕੋਈ ਮਾਸਕ ਦੀ ਧਾਰਾ ਨਹੀਂ, ਕੁਛ ਨਹੀਂ ਲਾਇਆ, ਇਹਦੀ ਦਸਤਾਰ ਲਾਈ ਗਈ, ਧਾਰਾ ਨਹੀਂ ਲਾਈ। ਇੱਥੇ ਹੀ ਬਸ ਨਹੀਂ, ਜਿਹੜੀ ਇਹਦੀ ਜਾਤੀ ਹੈ, ਮੇਰੇ ਗੁਰੂ ਸਾਹਿਬ ਕਹਿੰਦੇ ਆ ਕਿ ਊਚ ਨੀਚ ਦਾ ਫਰਕ, ਮੇਰੇ ਪਾਤਸ਼ਾਹ ਨੀਚ ਜਾਤ ਵਾਲੇ ਨੂੰ ਵਡਿਆਈ ਦੇ ਕੇ ਗਏ ਹੈ। ਮੇਰੇ ਪਾਤਸ਼ਾਹ ਦਾ ਪਾਵਨ ਵਚਨ ਹੈ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉਂ ਕਰ ਰੀਸ। ਇਹਦੀ ਜਾਤੀ ਸੂਚਕ ਕਹਿ ਕੇ ਇਹਨੂੰ ਗਾਲਾਂ ਕੱਢੀਆਂ, ਇਹਦੀ ਬੇਇੱਜ਼ਤੀ ਕੀਤੀ, ਦਸਤਾਰ ਲਾਈ, ਦਸਤਾਰ ਦੀ ਬੇਅਦਬੀ ਕੀਤੀ। ਔਰ ਮੈਂ ਕਮਿਸ਼ਨਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਕਮਿਸ਼ਨਰ ਸਾਹਿਬ,
जाति सूचक धारा और दस्तार लाने की 295A साढ़े को फोटोग्राफ है जोड़े मैं जो तुम हुक्म करो तो दिखा सकता जिद अपनी दस्तार बचा रहा कितने का फोटो आलो आ देखियो आ सनी कैथ अपनी दस्तार बचा रहा और जोड़े आसे पासे खड़े है एक दो तीन चार हथ कि पाया हुआ केवल दस्तार आलो सारे जड़े करदा केवल तो केवल टारगेट की है दस्तार पुलिस ने छोट चढ़ाई पुलिस का मुख दर्शक बन के खड़ी है आ फोटो देखो आलो स्टाइल देखो खड़न का आलो पुलिस तुम भी उत्थे सी छोटे वीर प्रेस जोड़ा होंगे ना वो लोकतंत्र का चौथा पावा हों प्री प्लैंड सी और बदकिस्मती है कि पुलिस नाल रल गई जो खाखी किसे नाल रल जे फिर इंसाफ की बहुती तवक्को नहीं रह जाती पर मैं अज थोनू इस करके तकलीफ दी है कमिश्नर साहब न कहना चाहना क्या मैं जो पढ़िया ए केंद्र कि जोड़े जाति सूचक शब्द कहे है उन्होंने असी बाद इनकुआरी करा और मैं उन्होंने ये बेनती करना चाहना कमिश्नर साहब न मैनू ये कोई लुक लपेट नहीं कि जे ती धार्मिक भावना आई मैं थोनू दस्तार की फोटो दिखाई है कि केवल दस्तार लाई जा रही है मैं कहना जी सीट तनखा उन्नी रहनी है इंसाफ की भी एक तवक्को इकास होंगी है लोगों को कमिश्नर पुलिस से कि जे होर कित इंसाफ ना मिले भी चलो कमिश्नर साहब के दफ्तर चलीए कल उन्होंने कहा ना आज कार्रवाई करते हैं ड्यू टू करोना असी उस टाइम धरना खत्म करता पर अज मैं कहना चाहना अफसोस नाल के कमिश्नर साहब तुसी तुहाडी पुलिस धिर बन गई है और मैं आ गल कह लग्या निरसंकोच कह लगा कि जे तुसी मंगलवार तक जिहड़ियां धारा ने वो ना लाइया तो असी मंगलवार को 12 बजे कमिश्नर दफ्तर का घराओ करांगे प्रेस नोट दिना ए लिखा हुआ थले के तफतीश बाद च की जाऊगी भी बाद च कदों सारी पुलिस तो मुख दर्शक बन के खड़ी सी और होर भी वड्डी दुख की गल है मेरे घर कोई आवे तुसी आए हो जी आया नूं सिर नीवां करके सत्कार करदा हरेक बंदे दा सत्कार आ जिहड़ा मेरे दफ्तर च मेरे घर आउंदा मैंबर पार्लीमेंट जितण तों बाद किसे इक दा नहीं रह जांदा उह सारे शहर वासियां दा मैंबर पार्लीमेंट हुंदा उहदे घरे आ बदकिस्मती आ कि उहदे घरों बाहर आए इन्ने बंदे 200-300 200-300 बंदा उहदे घरों बाहर आया इहदा मतलब हरेक अनपढ़ बंदे नूं पुछ लो वह भी कहूगा कि आ सारा कुछ एक षड्यंत्र रच के हम मशवरा होके ये सारा इहदी पग लाई गई जाति सूचक किया गया और इहदे मारकुट नाल इहनां दे साथियों के मारकुट की गई मलकीत सिंह का फोन आया विद रिकॉर्डिंग एक नंबर तो फोन आउंदा हाँ रिकॉर्डिंग सुना दिने और एक नंबर तो फोन आउंदा जिहड़ा ट्रू कॉलर ते SHO जरनैल सिंह का नंबर आ रहा और उहदी भी साडे कोल 3 बार फोन आया रिकॉर्डिंग वो तो अनु रिकॉर्डिंग होने सुनाने जिहड़ा कहिंदा कि जल्दी आ जाओ असी होर भी काम करने आ सुनाओ जी हैंड फ्री तला SHO जरनैल सिंह काका ट्रू कॉलर ते नंबर बोल के दस दो ट्रू कॉलर ते अपने अपने ला के देखो SHO जरनैल सिंह का नंबर आ रहा और दूसरा इंटेलीजेंसी वाला ओदा भी लाई बेटा हेलो ठीक है भाई जी दसो
ਜਦੋਂ ਐਸੀ ਸਥਿਤੀ ਹੁੰਦੀ ਆ, ਜਦੋਂ ਕਿਤੇ ਵੀ ਐਸੀ ਸਥਿਤੀ ਹੁੰਦੀ ਆ ਤਾਂ ਚੁਣੇ ਹੋਏ ਨੁਮਾਇੰਦੇ ਦੇ ਦਫ਼ਤਰ ਦਾ ਇੱਕ ਸਕੱਤਰ ਜਾਂ ਪੁਲਿਸ ਦਾ ਇੱਕ ਅਫਸਰ ਉਹ ਆਉਂਦਾ ਵਿਰੋਧੀ ਧਿਰ ਵਾਲਿਆਂ ਨੂੰ ਆ ਕੇ ਕਹਿੰਦਾ ਵੀ ਉੱਥੇ ਨਾ ਜਾਓ, ਉੱਥੇ ਝਗੜਾ ਹੋ ਸਕਦਾ। ਆ ਗੱਲ ਮੈਂ ਵੀ ਮੰਨਦਾ, ਇਹ 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 ਸਾਡੀ ਪ੍ਰਥਾ ਹੈਗੀ ਹੈ। ਉਹ ਆ ਕੇ ਦੱਸਦਾ ਵੀ ਉੱਥੇ ਝਗੜਾ ਹੋ ਸਕਦਾ, ਤੁਸੀਂ ਆਪਣਾ ਮੈਮੋਰੈਂਡਮ ਦੇ ਦਿਓ। ਅਸੀਂ ਕਈ ਵਾਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਮੋਰੈਂਡਮ ਦੇਣਾ ਹੁੰਦਾ, ਅਸੀਂ ਪ੍ਰਧਾਨ ਮੰਤਰੀ ਦੀ ਕੋਠੀ ਨਹੀਂ ਜਾਂਦੇ, ਅਸੀਂ ਉਹ ਮੈਮੋਰੈਂਡਮ ਡੀਸੀ ਸਾਹਿਬ ਨੂੰ ਦਿੰਦੇ ਹਾਂ, ਡੀਸੀ ਸਾਹਿਬ ਉਹਨੂੰ ਅੱਗੇ ਫਾਰਵਰਡ ਕਰ ਦਿੰਦੇ ਹੈ। ਉੱਥੋਂ ਕਿਸੇ ਬੰਦੇ ਨੇ ਇਹ ਨਹੀਂ ਕਿਹਾ ਕਿ ਉੱਥੇ ਲੜਾਈ ਦਾ ਖਦਸ਼ਾ ਹੈਗਾ, ਤੁਸੀਂ ਨਾ ਜਾਇਓ। ਕਿਸੇ ਬੰਦੇ ਨੇ ਰੋਕਣ ਦਾ ਯਤਨ ਨਹੀਂ ਕੀਤਾ, ਉਲਟਾ ਇਹ ਕਹਿ ਰਿਹਾ ਵੀ ਜਲਦੀ ਆ ਜਾਓ। ਹੁਣ ਆ ਜਿਹੜੇ ਬੰਦੇ ਅੰਦਰੋਂ 200-300 ਬਾਹਰ ਆ ਰਹੇ ਹੈ, ਤੁਸੀਂ ਕੀ ਸਮਝਦੇ ਕਿ ਉਹ 10 ਮਿੰਟ 'ਚ ਆ ਗਏ ਸਾਰੇ? ਉਹ ਪਲੈਨਿੰਗ ਸੀਗੀ, ਔਰ ਬਾਹਰ ਅੰਦਰੋਂ ਡਾਰ ਦੀ ਡਾਰ ਆਈ, ਆਉਂਦੇ ਸਾਰ ਪੱਗ ਲਾਉਣੀ ਸ਼ੁਰੂ ਕਰਤੀ। ਬੈਂਸ ਸਾਹਿਬ ਕਿਤੇ ਆ ਤਾਂ ਨਹੀਂ ਗਾ ਪੁਲਿਸ ਨੇ ਤੁਹਾਡੇ ਨਾਲ ਦੁਰਵਿਵਹਾਰ ਤਾਂ ਕਰ ਕੀਤਾ ਕਿਉਂਕਿ ਤੁਸੀਂ ਸਟਿੰਗ ਓਪਰੇਸ਼ਨ ਕਰਕੇ ਜ਼ਿਆਦਾਤਰ ਪੁਲਿਸ ਮੁਲਾਜ਼ਮਾਂ ਦੇ ਉੱਤੇ ਜੇ ਰਿਸ਼ਵਤ ਖੋਰੀ ਦਾ ਕਰਦੇ ਹੋ ਕਿ ਪੁਲਿਸ ਮੁਲਾਜ਼ਮ ਆ ਤਾਂ ਨਹੀਂ ਗਾ ਕਿ ਲੋਕ ਇਨਸਾਫ ਪਾਰਟੀ ਦੇ ਬੰਦਿਆਂ ਨੂੰ ਅੱਜ ਦੀ ਘੜੀ ਚੰਗੀ ਤਰ੍ਹਾਂ ਫਿਰ ਮੈਂ ਕਹਿਣਾ ਚਾਹੁੰਦਾ, ਜੇ ਅਸੀਂ ਸਟਿੰਗ ਓਪਰੇਸ਼ਨ ਕਿਸੇ ਦਾ ਗਲਤ ਕੀਤਾ ਹੋਵੇ ਤਾਂ ਅਸੀਂ ਗੁਨਾਹਗਾਰ ਹਾਂ। ਜਾਂ ਫਿਰ CP ਸਾਹਿਬ ਸਿੱਧਾ ਕਹਿਣ, ਇੱਕ ਦਿਨ ਮੈਂ ਵੀ ਤਾਂ ਪ੍ਰੈਸ ਕਾਨਫਰੰਸ ਕਰ ਰਿਹਾ, ਉਹ ਵੀ ਕਰ ਦੇਣ ਕਿ ਬੈਂਸ ਸਾਹਿਬ ਰਿਸ਼ਵਤਖੋਰਾਂ ਦਾ ਸਟਿੰਗ ਓਪਰੇਸ਼ਨ ਨਾ ਕਰੋ। ਲਓ CP ਸਾਹਿਬ ਕਹਿ ਦੇਣ ਵੀ ਨਾ ਕਰੋ, ਮੈਂ ਛੱਡ ਦਿਆਂਗਾ। CP ਸਾਹਿਬ ਕਹਿਣ ਇਹ ਅਸਲ 'ਚ ਪੁਲਿਸ ਜਦੋਂ ਕਿਸੇ ਸਟੇਟ ਦੀ ਕਿਸੇ ਦੇਸ਼ ਦੀ ਪੁਲਿਸ ਮੂਕ ਦਰਸ਼ਕ ਬਣ ਜਾਏ ਫਿਰ ਖਾਨਾ ਜੰਗੀ ਹੁੰਦੀ ਹੈ, ਫਿਰ ਲੜਾਈ ਝਗੜੇ ਵੱਧਦੇ ਹੈ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਤੁਸੀਂ ਕਿਹਾ ਵੀ ਇਹ ਤਾਂ ਹਰ ਜਗ੍ਹਾ ਹੀ ਝਗੜਾ ਹੋਊਗਾ। ਜੇ ਤੁਸੀਂ ਵੀ ਦੇਖਿਆ, ਤੁਸੀਂ ਉੱਥੇ ਸੀ, ਪੁਲਿਸ ਨੇ ਤਾਂ ਛਡਾਇਆ ਵੀ ਨਹੀਂ, ਪੁਲਿਸ ਨੇ ਬਚਾਉਣਾ ਤਾਂ ਕੀ ਸੀਗਾ? ਪੁਲਿਸ ਨੇ ਤਾਂ ਇਹ ਵੀ ਨਹੀਂ ਕਹਿਣ ਦਾ ਯਤਨ ਕੀਤਾ ਕਿ ਤੁਸੀਂ ਬਈ ਨਾ ਮਾਰੋ ਇਹਨਾਂ ਨੂੰ। ਪੁਲਿਸ ਦੀ ਹਾਜ਼ਰੀ 'ਚ ਪੱਗ ਲੱਥੀ, ਪੁਲਿਸ ਦੀ ਹਾਜ਼ਰੀ 'ਚ ਗਾਲਾਂ ਕੱਢੀਆਂ, ਕਿਸੇ ਨੇ ਰੋਕਿਆ ਨਹੀਂ। ਇਸ ਕਰਕੇ ਅਸੀਂ ਮੰਗਲਵਾਰ ਕੱਲ੍ਹ ਦਾ ਦਿਨ ਛੱਡ ਕੇ ਪਰਸੋਂ ਨੂੰ ਕਮਿਸ਼ਨਰ ਸਾਹਿਬ ਦੇ ਦਫ਼ਤਰ ਦਾ ਅਸੀਂ ਘਿਰਾਓ ਕਰਨ ਲਈ 12 ਵਜੇ ਅਸੀਂ ਜਾਵਾਂਗੇ। ਔਰ ਜਿੰਨੀ ਦੇਰ ਇਨਸਾਫ ਨਹੀਂ ਮਿਲਦਾ, ਲੋਕ ਇਨਸਾਫ ਪਾਰਟੀ ਦੀ ਇਹ ਲੜਾਈ ਜਾਰੀ ਰਹੂਗੀ। ਔਰ ਜਿਹੜਾ ਬਿੱਟੂ ਹੈ, ਜਿਹਦੇ ਘਰ ਇੰਨੇ ਬੰਦੇ ਇਕੱਠੇ ਹੋ ਕੇ ਕੁੱਟਣ ਆਏ, ਉਹ ਵੀ ਇਸ ਝਗੜੇ ਦਾ ਮੁੱਖ ਦੋਸ਼ੀ ਹੈ, ਉਹਦਾ ਨਾਂ ਵੀ ਇਸ ਮੁਕੱਦਮੇ 'ਚ ਪਾਇਆ ਜਾਏ। ਜਦੋਂ ਪਰਚਾ ਇੱਥੇ ਦਰਜ ਨਹੀਂ ਤਾਂ ਹਾਈਕੋਰਟ ਦਾ ਰੁਖ ਕਰੋਗੇ? ਵੀਰ ਜੀ, ਹਾਈਕੋਰਟ 'ਤੇ ਤਾਂ ਹਰੇਕ ਬੰਦੇ ਨੂੰ ਇੱਕ ਆਸ ਆ, ਪਰ ਅਸੀਂ ਇਹ ਗੱਲ ਚਾਹੁੰਦੇ ਹਾਂ ਕਿ ਕਿਉਂਕਿ ਕਰੋਨਾ, ਅਸੀਂ ਕੱਲ੍ਹ ਵੀ ਮੈਂ ਮਿਸਟਰ ਵਰਮਾ ਜੀ ਨੂੰ ਕਿਹਾ ਸੀਗਾ ਕਿ ਅਸੀਂ ਕਰੋਨੇ 'ਚ ਕੋਈ ਇੱਦਾਂ ਦਾ ਕੰਮ ਨਹੀਂ ਕਰਨਾ ਚਾਹੁੰਦੇ ਜਿਹਦੇ ਨਾਲ, ਕਿਉਂਕਿ ਲੁਧਿਆਣਾ ਪਹਿਲਾਂ ਟੌਪ 'ਤੇ ਹੈ। ਉਹ ਮੈਨੂੰ ਕਹਿੰਦੇ ਬੈਂਸ ਸਾਹਿਬ ਆਓ, ਅਸੀਂ ਕਾਰਵਾਈ ਕਰਾਂਗੇ। ਅਤੇ ਹੁਣ ਮੈਂ ਸਵੇਰ ਦਾ ਪੁੱਛਦਾ ਕਿ ਵਰਮਾ ਜੀ ਕਾਰਵਾਈ ਕੀ ਕੀਤੀ, ਉਹ ਮੈਨੂੰ ਕੋਈ ਗੱਲ ਕਹਿੰਦੇ ਬੈਂਸ ਸਾਹਿਬ ਕਰ ਰਹੇ ਹਾਂ, ਵੀ ਕਦੋਂ ਕਰ ਰਹੇ ਹਾਂ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਇਹ ਇਨਸਾਫ ਪਸੰਦ ਜਿਹੜੇ ਬੰਦੇ ਹੁੰਦੇ ਆ ਉਹ ਕਦੇ ਸਹਿਣ ਨਹੀਂ ਕਰਦੇ, ਆ ਕਦੇ ਵੀ ਟੋਲਰੇਟ ਨਹੀਂ ਕੀਤਾ ਜਾਊਗਾ। ਅਸੀਂ ਧਰਨਾ ਕਰਾਂਗੇ, ਧਰਨੇ ਤੋਂ ਬਾਅਦ ਜੇ CP ਸਾਹਿਬ ਨਹੀਂ ਮੰਨਦੇ, ਉਹਨਾਂ ਨੂੰ ਕੋਈ ਜ਼ਿਆਦਾ ਰੰਜਿਸ਼ ਆ ਬੈਂਸ ਨਾਲ, ਤਾਂ ਵੀ ਕੋਈ ਗੱਲ ਨਹੀਂ, ਕੋਰਟ ਹੈਗੀ ਹੈ। ਜੇ ਉਹਨਾਂ ਨੂੰ ਕੋਈ ਸਾਡੇ ਨਾਲ ਜਾਤੀ ਰੰਜਿਸ਼ ਆ ਤਾਂ ਵੀ ਕੋਈ ਗੱਲ ਨਹੀਂ, ਤਾਂ ਅਸੀਂ ਹਾਈਕੋਰਟ ਹੈਗੀ ਹੈ, ਫਿਰ ਅਸੀਂ ਹਾਈਕੋਰਟ ਜਾਵਾਂਗੇ। ਪਰ ਪਹਿਲਾਂ ਲੋਕਲ ਪੁਲਿਸ ਦੇ ਮੁਖੀ ਕਮਿਸ਼ਨਰ ਸਾਹਿਬ ਆ, ਉਹਨਾਂ ਦੇ ਨੋਟਿਸ 'ਚ ਲਿਆ, ਤਾਂ ਅੱਜ ਤੁਹਾਡੇ ਰਾਹੀਂ ਉਹਨਾਂ ਦੇ ਨੋਟਿਸ 'ਚ ਲਿਆਂਦਾ ਕਿ ਤੁਹਾਨੂੰ ਅੱਜ ਦਾ ਦਿਨ ਅਤੇ ਕੱਲ੍ਹ ਦਾ ਦਿਨ, ਕਿਉਂਕਿ ਉਹਨਾਂ ਨੇ ਅਖੀਰਲੀਆਂ ਲਾਈਨਾਂ ਵਿੱਚ ਆ ਲਿਖਿਆ ਹੋਇਆ ਹੈ ਕਿ ਇਹਦੀ ਪੜਤਾਲ ਅਸੀਂ ਕਰਾਂਗੇ। ਹਾਂ, ਅਤੇ ਜੇ ਪੜਤਾਲ ਜਿਹੜੀ ਆ ਉਹ 300 ਬੰਦੇ ਦੀ, ਤਾਂ ਪੜਤਾਲ ਲਈ ਲਿਖਿਆ ਨਹੀਂ ਵੀ ਅਸੀਂ 300 ਬੰਦਿਆਂ ਦੀ ਵੀ ਪੜਤਾਲ ਕਰਾਂਗੇ। ਇਹ ਤਾਂ ਲਿਖਿਆ ਨਹੀਂ ਕਿ ਬਿੱਟੂ ਦੇ ਘਰ 300, ਜੇ ਮੈਂ ਕਹਾਂਗਾ ਉਹਦੇ 'ਚ ਵੱਡੇ ਵੱਡੇ ਗੈਂਗਸਟਰ ਇਕੱਠੇ ਕਰ ਲਏ, ਇਹ ਤਾਂ ਕਿਤੇ ਨਹੀਂ ਲਿਖਿਆ। ਕਿਸੇ ਨੇ ਪ੍ਰੈਸ ਦੀ ਪਰਵਾਹ ਨਹੀਂ ਕੀਤੀ ਕਿ ਪ੍ਰੈਸ ਖੜ੍ਹੀ ਹੈ। ਗੁੰਡਾ ਨਾਚ ਹੋਇਆ ਗੁੰਡਾਗਰਦੀ ਦਾ, ਔਰ ਲੋਕਤੰਤਰ ਸੀ ਜਿਹੜਾ ਖੰਭ ਲਾ ਕੇ, ਮੈਂ ਸਮਝਦਾ ਲੋਕਤੰਤਰ ਦੀ ਸਮਾਪਤੀ ਹੋ ਗਈ ਇਸ
ਪੰਜਾਬ 'ਚ ਸਰ 150-200 ਬੰਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੰਮ ਹੋਇਆ ਕੱਲ ਫਿਰ ਤੁਹਾਡੇ ਨੁਮਾਇੰਦੇ ਸੜਕਾਂ ਦੇ ਉੱਤੇ ਉਤਰਨਗੇ ਆਪਣਾ ਪ੍ਰਦਰਸ਼ਨ ਕਰਨਗੇ ਜਾਂ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਤੁਹਾਡੇ ਨੁਮਾਇੰਦੇ ਕਰਦੇ ਆ ਜੀ ਤੇ ਦੁਬਾਰਾ ਹਮਲਾ ਨਹੀਂ ਹੋ ਸਕਦਾ ਕਿ ਤੁਸੀਂ ਦੇਖਦੇ ਹੋ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਮੈਂ ਪਹਿਲਾਂ ਆਖਿਆ ਕਿ ਜਿਹੜੀ ਪ੍ਰੈਸ ਹੁੰਦੀ ਹੈ ਉਹ ਲੋਕਤੰਤਰ ਦਾ ਚੌਥਾ ਪਾਵਾ ਹੁੰਦੀ ਹੈ ਅਤੇ ਪ੍ਰੈਸ ਜਿਹੜੀ ਆ ਉਹੀ ਗਊ ਅਤੇ ਗਰੀਬ ਦੀ ਰਾਖੀ ਕਰਦੀ ਹੈ ਉਹੀ ਗਰੀਬ ਨੂੰ ਇਨਸਾਫ ਲੈ ਕੇ ਦਿੰਦੀ ਹੈ ਜੇ ਸਾਡੇ 'ਤੇ ਹਮਲਾ ਹੋਇਆ ਸਾਨੂੰ ਤੁਹਾਡੇ 'ਤੇ ਮਾਣ ਅਤੇ ਪ੍ਰੈਸ ਜਿਹੜੀ ਆ ਉਹ ਕਦਾਚਿਤ ਮੈਂ ਤੁਹਾਡਾ ਧੰਨਵਾਦ ਕਰਦਾ ਕੱਲ੍ਹ ਤੁਸੀਂ ਕਵਰੇਜ ਕੀਤੀ ਔਰ ਮੈਂ ਕਹਿੰਦਾ ਕਿ ਜਿਹੜੀ ਤੁਸੀਂ ਕਵਰੇਜ ਕੀਤੀ ਉਹਨੂੰ ਵੀ ਪੁਲਿਸ ਨੇ ਅੱਖੋਂ ਪਰੋਖੇ ਕਰਤਾ ਬੈਂਸ ਸਾਹਿਬ ਜਿੱਦਾਂ ਸੰਨੀ ਕਹਿਣ ਤੋਂ 2 ਘੰਟੇ ਬੈਠਾ ਰਿਹਾ ਸੀ ਪੀ ਦਫ਼ਤਰ ਉਦੋਂ ਤੁਸੀਂ ਕੋਈ ਜਲਦੀ ਪਹੁੰਚੇ ਨਹੀਂ ਸੀਗੇ ਸੰਨੀ ਕਹਿਣ ਤੋਂ 2 ਘੰਟੇ ਉੱਥੇ ਬੈਠਣ ਨੂੰ ਤੁਹਾਡੀ ਵੇਟ ਕਿਉਂ ਕਰਨੀ ਪੈ ਗਈ ਜਦੋਂ ਇੰਨਾ ਵੱਡਾ ਮਾਮਲਾ ਸੀਗਾ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਜਦੋਂ ਮੈਨੂੰ ਸੰਨੀ ਕਹਿਣ ਉਹਨਾਂ ਦਾ ਫੋਨ ਆਇਆ ਜਿੰਨਾ ਟਾਈਮ ਮੇਰੇ ਘਰੋਂ ਮੈਂ ਕਿਸੇ ਫੰਕਸ਼ਨ ਤੋਂ ਆਇਆ ਸੀ ਜਿੰਨਾ ਟਾਈਮ ਮੇਰੇ ਘਰੋਂ ਕਚਹਿਰੀ ਜਾਣ ਨੂੰ ਲੱਗਦਾ ਹੈ ਮੈਂ ਉਨੇ ਸਮੇਂ 'ਚ ਕਚਹਿਰੀ ਪਹੁੰਚ ਗਿਆ ਸੀ ਮੇਰੇ ਵੀਰ ਸਮਰਥਕ ਫੋਨ ਲਾਏ ਸੀਗੇ ਪਰ ਜੇ ਪੁਲਿਸ ਨੇ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਅਸੀਂ ਕਰੋਨਾ ਦੇ ਪੱਖੋਂ ਬਹੁਤ ਅਵੇਅਰ ਹਾਂ ਕਿ ਲੁਧਿਆਣੇ ਦਾ ਨਾਂ ਟੌਪ 'ਤੇ ਹੈ ਇਸ ਕਰਕੇ ਸਮਰਥਕਾਂ ਨੂੰ ਫੋਨ ਕੀਤੇ ਪਰ ਜਦੋਂ ਪੁਲਿਸ ਪਹਿਲਾਂ ਮੰਨ ਗਈ ਫਿਰ ਤਾਂ ਨਹੀਂ ਸੀ ਕਰਨਾ ਚਾਹੀਦਾ ਜੇ ਕਮਿਸ਼ਨਰ ਸਾਹਿਬ ਅੱਜ ਕਹਿ ਦੇਣ ਕਿ ਅਸੀਂ ਧਾਰਾ ਲਾ ਦਾਂਗੇ ਤਾਂ ਫਿਰ ਧਰਨਾ ਅਸੀਂ ਲਾਈਏ ਤੁਸੀਂ ਪੁੱਛਣ ਲੱਗ ਜਾਣਾ ਕਿ ਬੈਂਸ ਸਾਹਿਬ ਹੁਣ ਤੁਸੀਂ ਧਰਨਾ ਕਿਉਂ ਲਾਇਆ ਇਸ ਕਰਕੇ ਇਹ ਸਾਡੀ ਮੰਗ ਆ ਅਸੀਂ ਪਹਿਲਾਂ ਉੱਥੇ ਵੀ ਦੱਸਿਆ ਸੀ ਕਿ ਇਹ ਪੈਸੇ ਇਕੱਠੇ ਕਰਕੇ ਬਿੱਟੂ ਨੂੰ ਦੇਣ ਜਾਣਾ ਉਹ ਇੱਕ ਇਸ਼ਾਰਾ ਹੁੰਦਾ ਹੈ ਜੇ ਉਹ ਸਿਆਣਾ ਹੁੰਦਾ ਉਹ ਕਹਿੰਦਾ ਵੀ 10 ਬੰਦੇ ਅਸਲ 'ਚ ਚੁਣਿਆ ਹੋਇਆ ਨੁਮਾਇੰਦਾ ਇੱਕ ਰੰਗਲੀ ਫੁਲਵਾੜੀ ਹੁੰਦੀ ਹੈ ਉਹਦੇ ਕੋਲ ਵਿਰੋਧੀਆਂ ਨੇ ਵੀ ਆਉਣਾ ਉਹਦੇ ਕੋਲ ਉਹਦੇ ਪਾਰਟੀ ਵਾਲਿਆਂ ਨੇ ਵੀ ਆਉਣਾ ਉਹਦੇ ਕੋਲ ਸਾਰਿਆਂ ਨੇ ਆਉਣਾ ਤੁਸੀਂ ਦੂਸਰੇ ਤਰੀਕੇ ਨਾਲ ਤਾਂ ਕਹਿ ਸਕਦੇ ਸੀ ਕਿ ਵੈਂਟੀਲੇਟਰ ਚੰਦਾ ਇਕੱਠਾ ਕਰ ਰਹੇ ਹੋ ਤੁਹਾਨੂੰ ਤੁਹਾਡੇ ਦੂਸਰੇ ਤਰੀਕੇ ਨਾਲ ਵੀ ਇੱਕ ਆਪਣੇ ਵੱਲੋਂ ਲੋਕ ਇਨਸਾਫ ਪਾਰਟੀ ਤੁਸੀਂ ਤਾਂ ਮੈਂਬਰ ਹੀ ਹੋ ਤੁਸੀਂ MLA ਹੈਗੇ ਹੋ ਤੁਸੀਂ ਵੀ ਤਾਂ ਆਪਣੇ ਵੱਲੋਂ ਇੱਕ ਵੈਂਟੀਲੇਟਰ ਦੇ ਸਕਦੇ ਸ਼ੁਰੂਆਤ ਕਰ ਸਕਦੇ ਚੰਦਾ ਇਕੱਠਾ ਕਰਨ ਜੁੜ ਕੀ ਪੈ ਗਈ ਸੀ ਮੇਰੀ ਬੇਨਤੀ ਸੁਣਿਓ ਤੁਸੀਂ ਬਹੁਤ ਅਹਿਲਾ ਸਵਾਲ ਕੀਤਾ ਕੁੱਲ ਦੇਸ਼ ਵਿੱਚ MLA ਕੋਲ ਅਖਤਿਆਰੀ ਕੋਟਾ ਹੈਗਾ ਪਰ ਇਸ ਕਾਂਗਰਸ ਦੇ ਰਾਜ ਵਿੱਚ MLA ਕੋਲ ਇੱਕ ਨਵੇਂ ਪੈਸੇ ਦਾ ਵੀ ਛੋਟੇ ਵੀਰ ਅਖਤਿਆਰੀ ਕੋਟਾ ਨਹੀਂ ਤਾਂ ਹੀ ਉੱਥੇ ਜਾਣਾ ਪਿਆ ਛੋਟੇ ਵੀਰ ਮੇਰੀ ਬੇਨਤੀ ਸੁਣੋ ਵੈਂਟੀਲੇਟਰ ਕੋਈ 2-4-5 ਹਜ਼ਾਰ ਦਾ ਨਹੀਂ ਉਹਨੂੰ ਅਸੀਂ ਆਪ ਲਾਉਣ ਲਈ ਨਹੀਂ ਕਹਿਣ ਗਏ ਉਹਨੂੰ ਕਹਿਣ ਗਏ ਸੀ ਕਿ ਮੈਂਬਰ ਪਾਰਲੀਮੈਂਟ ਕੋਲ ਜਿਹੜਾ ਅਖਤਿਆਰੀ ਕੋਟਾ ਹੁੰਦਾ ਉਹ ਲੋਕਾਂ ਦੀ ਅਤੇ ਸ਼ਹਿਰ ਵਾਸੀਆਂ ਦੀ ਅਮਾਨਤ ਹੁੰਦਾ ਇਸ ਕਰਕੇ ਉਹਦੇ ਕੋਲ ਗਏ ਸੀ ਨਹੀਂ ਅਸੀਂ ਛੇਤੀ ਕੀਤੇ ਵਿਰੋਧੀ ਧਿਰ ਦੇ ਘਰ ਜਾਣ ਲਈ ਅਸੀਂ ਕਦੀ ਜਾਂਦੇ ਨਹੀਂ ਇਸ ਕਰਕੇ ਤੁਹਾਨੂੰ ਬੇਨਤੀ ਕੀਤੀ ਆ ਨਹੀਂ ਤੁਸੀਂ ਸਿਵਲ ਹਸਪਤਾਲ 'ਚ ਵੈਂਟੀਲੇਟਰ ਦੇ ਬਿੱਟੂ ਕੋ ਜਾ ਰਹੇ ਹੋ ਸਿਵਲ ਹਸਪਤਾਲ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਕਿ 4 ਵੈਂਟੀਲੇਟਰ ਜਿਹੜੇ ਹੈਗੇ ਨੇ ਆਲਰੇਡੀ ਹੈਗੇ ਨੇ ਸਿਵਲ ਹਸਪਤਾਲ ਦੇ ਵਿੱਚ ਨਹੀਂ ਹੈਗੇ ਚਲੋ ਕਿਉਂਕਿ ਉਹਦੇ ਲਈ ਛੋਟੇ ਵੈਂਟੀਲੇਟਰ ਆ ਨਾ ਉਹ ਕੋਈ ਸਿੰਪਲ ਨਹੀਂ ਚਲਾ ਸਕਦਾ ਉਹਦੇ ਲਈ ਜਿਹੜਾ ਸਟਾਫ ਆ ਉਹੀ ਚਲਾਊਗਾ ਦੱਸਿਆ ਜਾ ਰਿਹਾ ਕਿ ਸਿਵਲ ਹਸਪੀਟਲ 'ਚ ਵੈਂਟੀਲੇਟਰ ਹੈਗੇ ਆ ਪਰ ਉੱਥੇ ਉਹਨੂੰ ਚਲਾਉਣ ਲਈ ਸਟਾਫ ਨਹੀਂ ਹੈਗਾ ਸਾਰਾ ਕੁਛ ਚਾਹੀਦਾ ਹੁੰਦਾ ਵੈਂਟੀਲੇਟਰ ਵੀ ਇੱਕ ਵੈਂਟੀਲੇਟਰ ਹੈਗੇ ਤੇ ਸਟਾਫ ਦੀ ਮੰਗ ਕਿਉਂ ਨਹੀਂ ਕੀਤੀ ਮੈਂ ਤੁਹਾਨੂੰ ਫਿਰ ਇੱਕ ਬੇਨਤੀ ਕਰਾਂ ਤੁਸੀਂ ਕਿਸੇ ਹੋਰ ਸ਼ਹਿਰ ਦੇ ਨਹੀਂ ਤੁਸੀਂ ਵੀ ਲੁਧਿਆਣੇ ਦੇ ਰਹਿਣ ਵਾਲੇ ਹੋ ਦਿੱਕਤ ਤੁਸੀਂ ਉਠਾਈ ਬਹੁਤ ਵਧੀਆ ਮੋਢਾ ਉਠਾਇਆ ਲੇਕਿਨ ਤੁਸੀਂ ਆਹ ਕਿਉਂ ਨਹੀਂ ਕਿਹਾ ਕਿ ਜਿੱਦਾਂ ਵੈਂਟੀਲੇਟਰ ਹੈਗੇ ਨੇ ਉੱਥੇ ਕੀ ਸਟਾਫ ਜਿਹੜਾ ਹੈਗਾ ਮੁਹੱਈਆ ਕਰਾਇਆ ਫਿਰ ਇਹ ਗੱਲ ਜਿਹੜੀ ਤੁਸੀਂ ਪੁੱਛ ਰਹੇ ਹੋ ਇਹ ਮੈਂਬਰ ਪਾਰਲੀਮੈਂਟ ਨੂੰ ਵੀ ਪਤਾ ਆ ਇਹ ਮੇਰਾ ਦੇਸ਼ ਕੈਸਾ ਆ ਪਿਸਤੌਲ ਦਾ ਲਾਇਸੈਂਸ ਮੰਗੋਗੇ ਤਾਂ ਨਹੀਂ ਮਿਲਦਾ ਤੋਪ ਦਾ ਮੰਗਣਾ ਪੈਂਦਾ ਤਾਂ ਪਿਸਤੌਲ ਦਾ ਲਾਇਸੈਂਸ ਮਿਲਦਾ ਇਸ ਰਾਜ ਵਿੱਚ ਜੰਗਲ ਰਾਜ ਹੈ ਅਤੇ ਜੇ ਉੱਥੇ ਲੱਗੇ ਹੋਏ ਸੀ ਤਾਂ ਫਿਰ ਉਹ ਤੁਹਾਡੇ ਵਾਂਗੂ ਆਰਾਮ ਨਾਲ ਕਹਿ ਸਕਦਾ ਸੀ ਉੱਥੇ ਬੇਟਾ 4 ਲੱਗੇ ਹੋਏ ਆ ਤੁਹਾਨੂੰ ਪਤਾ ਨਹੀਂ ਅਤੇ ਸਾਡੇ ਬੰਦੇ ਸਿਰ ਨੀਵਾਂ ਕਰਕੇ ਆ ਜਾਂਦੇ ਆਓ ਮੈਂ ਦਿਖਾਵਾਂ ਚੱਲਦੇ ਆ ਮੈਂ ਅੱਜ ਵੀ ਕਹਿੰਦਾ ਨਹੀਂ ਚੱਲਦੇ ਜਦ ਤੱਕ ਕਾਰਵਾਈ ਦੂਜੀ ਪਾਰਟੀ ਉੱਤੇ ਕਾਰਵਾਈ ਨਹੀਂ ਹੁੰਦੀ 295 ਧਾਰੇ ਲੱਗਦੇ ਲੋਕ ਇਨਸਾਫ ਪਾਰਟੀ ਕੀ ਕਰੇਗੀ ਲੋਕ ਇਨਸਾਫ ਪਾਰਟੀ ਤੁਹਾਨੂੰ ਦੱਸਿਆ ਤਾਂ ਹੈਗਾ ਕਮਿਸ਼ਨਰੇਟ ਦਫ਼ਤਰ ਦਾ ਅਸੀਂ ਧਰਨਾ ਲਾਵਾਂਗੇ ਸਾਰੇ ਪੰਜਾਬ ਪੁਤਲੇ ਸਾੜਾਂਗੇ ਇਹ ਜੰਗਲ ਰਾਜ ਨਹੀਂ ਚੱਲਣ ਦੇਵਾਂਗੇ SHO ਨੂੰ ਮੁਅੱਤਲ ਕੀਤਾ ਜਾਏ SHO ਜੇ SHO ਨੂੰ ਆਹੀ ਨਹੀਂ ਪਤਾ ਵੀ ਇੱਥੇ ਅੰਦਰ ਇੰਨੇ ਬੰਦੇ ਗਏ ਹੋਏ ਆ ਅਤੇ ਝਗੜਾ ਹੋ ਸਕਦਾ ਫਿਰ ਉਹਨੂੰ ਚਾਹੀਦਾ ਸੀ ਕਿ ਉਹ ਇਹਨਾਂ ਨੂੰ ਰੋਕਦਾ ਪ੍ਰੀਵੈਂਟਿਵ ਐਕਸ਼ਨ ਕਰਨਾ ਚਾਹੀਦਾ ਸੀ ਉਹਨੇ ਉਲਟਾ ਲੜਾਈ ਕਰਾ ਦਿੱਤੀ ਸਬਸਕ੍ਰਾਈਬ ਟੂ ਆਵਰ ਯੂਟਿਊਬ ਚੈਨਲ ਨਿਊਜ਼ DNN ਬਾਈ ਕਲਿਕਿੰਗ ਦ ਬੈਲ ਆਈਕੋਨ ਡੋਂਟ ਫੋਰਗੇਟ ਟੂ ਲਾਈਕ ਕਮੈਂਟ ਐਂਡ ਸ਼ੇਅਰ